ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ? ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਅਫਜ਼ਲ, ਅਤੇ ਤੁਸੀਂ ਵੇਖਦੇ ਪਏ ਹੋ ਮੇਰਾ ਐਨੀਮਲ ਟੀਵੀ। ਮੇਰਾ ਐਨੀਮਲ ਟੀਵੀ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੁਕਰੀਆ, ਅਤੇ ਨਾਲ ਹੀ ਲੱਗੇ ਬੈਲ ਆਈਕੋਨ ਦੇ ਬਟਨ ਦਬਾਓ ਤਾਂ ਕਿ ਮੇਰੀ ਹਰ ਨਵੀਂ ਆਉਣ ਵਾਲੀ ਲੇਟੈਸਟ ਵੀਡੀਓ ਦੋਸਤਾਂ ਵੀਰਾਂ ਤੱਕ ਸਭ ਤੋਂ ਪਹਿਲੇ ਪਹੁੰਚੇ। ਜਨਾਬ, ਅੱਜ ਦੋਸਤਾਂ ਵੀਰਾਂ ਦੀ ਖਿਦਮਤ ਦੇ ਵਿੱਚ ਇਫਰਾਂ ਲੈ ਕੇ ਆਇਆ। ਮਾਸ਼ਾਅੱਲਾ, ਅੱਜ ਤੁਹਾਡਾ ਵੀਰ ਮੁਹੰਮਦ ਅਫਜ਼ਲ ਔਰ ਮੇਰਾ ਐਨੀਮਲ ਟੀਵੀ ਦੀ ਟੀਮ ਇਫਰਾਂ ਲੈ ਕੇ ਹਾਜ਼ਰ ਹੋਈ ਹੈ। ਮਾਸ਼ਾਅੱਲਾ, ਡੇਰੀ ਦੀ ਦੁਨੀਆ ਦੇ ਵਿੱਚ ਇਹ ਇਫਰਾਂ ਇਨਕਲਾਬ ਲੈਣ ਵਾਲੀਆਂ ਨੇ ਅੱਲਾਹ ਦੇ ਫਜ਼ਲ ਦੇ ਨਾਲ। ਔਰ ਮੇਰੀ ਅੱਜ ਦੀ ਲੋਕੇਸ਼ਨ ਸਭ ਤੋਂ ਪਹਿਲੇ ਮੈਂ ਦੱਸਦਾ ਜਾਵਾਂ, ਜ਼ਿਲ੍ਹਾ ਵਿਹੜੀ। ਜ਼ਿਲ੍ਹਾ ਵਿਹੜੀ ਦੇ ਨਾਲ ਖੜੀਆਂ ਨੇ ਜਨਾਬ, ਜ਼ਿਲ੍ਹਾ ਵਿਹੜੀ 2 ਕਿਲੋਮੀਟਰ ਦੇ ਜਨਾਬ ਇਹ ਵੱਛੀਆਂ ਖੜੀਆਂ ਨੇ, ਇਹ ਇਫਰਾਂ ਖੜੀਆਂ ਨੇ ਅੱਲਾਹ ਦੇ ਫਜ਼ਲ ਦੇ ਨਾਲ। 30 ਇਫਰਾਂ ਲੈ ਕੇ ਤੁਹਾਡਾ ਵੀਰ ਮੁਹੰਮਦ ਅਫਜ਼ਲ ਹਾਜ਼ਰ ਹੋਇਆ ਜਨਾਬ। ਇਫਰਾਂ ਦਿਖਾਵਾਂਗੇ, ਇੱਕ ਇੱਕ ਕਰਕੇ ਦਿਖਾਵਾਂਗੇ। ਵੀਡੀਓ ਅੱਜ ਦੀ ਲੰਬੀ ਹੋਏਗੀ ਔਰ ਵੀਡੀਓ ਮੇਰੇ ਦੋਸਤ ਮੇਰੇ ਸਬਸਕ੍ਰਾਈਬਰਾਂ ਨੇ ਐਂਡ ਤੱਕ ਦੇਖਣੀ ਹੈ। ਮੇਰੇ ਦੋਸਤਾਂ ਵੀਰਾਂ ਨੇ ਵੀਡੀਓ ਲੰਬੀ ਬਣੇਗੀ ਲੇਕਿਨ ਵੀਡੀਓ ਐਂਡ ਤੱਕ ਦੇਖਣੀ ਅੱਲਾਹ ਦੇ ਫਜ਼ਲ ਨਾਲ। ਇਫਰਾਂ ਦਿਖਾਵਾਂਗੇ, ਦਿਖਾਓ ਜੀ, ਰੇਟ ਵੀ ਕਰਾਂਗੇ ਦੋਸਤਾਂ ਨਾਲ, ਇਫਰਾਂ ਦਾ ਮਾਲਕ ਨਾਲ। ਇਫਰਾਂ ਦੇ ਰੇਟ 'ਤੇ ਵੀ ਗੱਲ ਹੋ ਗਈ ਹੈ। ਇਫਰਾਂ ਦਾ ਜਨਾਬ ਪੁੱਠਾ ਰੇਟ ਦਿਆਂਗੇ ਜਨਾਬ। ਇਹਨਾਂ ਨੂੰ ਇੱਧਰ ਟੋਰੋ ਜੀ, ਇੱਕ ਇੱਕ ਕਰਕੇ, ਜਾਂ ਇੱਧਰ ਟੋਰੀ ਆਓ, ਜਿੱਧਰ ਮਰਜ਼ੀ ਟੋਰੀ ਆਓ। ਇਫਰਾਂ ਸਿਰਫ ਦਿਖਾਵਾਂਗੇ, ਰੇਟ ਸਾਰਿਆਂ ਦਾ ਇੱਕ ਹੋਏਗਾ, ਪੁੱਠੇ ਦਾ ਰੇਟ ਹੋਏਗਾ। 30 ਇਫਰਾਂ ਅੱਲਾਹ ਦੇ ਫਜ਼ਲ ਨਾਲ ਲੈ ਕੇ ਹਾਜ਼ਰ ਹੋਏ ਹਾਂ। ਔਰ ਇਹਨਾਂ ਦੀ ਉਮਰਾਂ ਨੇ ਜਨਾਬ 9 ਮਹੀਨੇ ਦੀ, 10 ਮਹੀਨੇ ਦੀ, ਬਸ 9 ਮਹੀਨਾ 10 ਮਹੀਨਾ ਇਹ ਉਮਰ ਏ ਇਹਨਾਂ ਇਫਰਾਂ ਦੀ ਜਨਾਬ ਦੋਸਤਾਂ ਦੇ ਸਾਹਮਣੇ ਨੇ ਅੱਲਾਹ ਦੇ ਫਜ਼ਲ ਦੇ ਨਾਲ। ਅੱਜ ਤੁਹਾਡਾ ਵੀਰ ਮੁਹੰਮਦ ਅਫਜ਼ਲ ਤੋਹਫੇ ਲੈ ਕੇ ਹਾਜ਼ਰ ਹੋਇਆ ਅੱਲਾਹ ਦੇ ਫਜ਼ਲ ਦੇ ਨਾਲ। ਔਰ ਇਹ ਡੇਰੀ ਦੀ ਦੁਨੀਆ ਦੀਆਂ ਜਨਾਬ ਸ਼ਹਿਜ਼ਾਦੀਆਂ, ਡੇਰੀ ਦੀ ਦੁਨੀਆ ਦਾ ਜਨਾਬ ਇੱਕ ਨਾਮ ਰੱਖਣ ਵਾਲੀਆਂ ਇਹ ਇਫਰਾਂ, ਇਨਕਲਾਬ ਲਿਆਉਣ ਵਾਲੀਆਂ ਇਫਰਾਂ ਅੱਲਾਹ ਦੇ ਫਜ਼ਲ ਦੇ ਨਾਲ ਸਿਰਫ ਮੇਰਾ ਐਨੀਮਲ ਟੀਵੀ ਤੋਂ ਮਿਲਣਗੀਆਂ। ਔਰ ਮੇਰਾ ਐਨੀਮਲ ਟੀਵੀ 'ਤੇ ਹੀ ਜਨਾਬ ਇਹਨਾਂ ਦਾ ਡੀਲ ਹੋ ਸਕਦੀ ਹੈ, ਇਹਨਾਂ ਇਫਰਾਂ ਦੀ ਡੀਲ ਹੋ ਸਕਦੀ ਹੈ। ਮਾਸ਼ਾਅੱਲਾ, ਇਫਰਾਂ ਦੇਖੋ ਦੋਸਤੋ, ਮਾਸ਼ਾਅੱਲਾ ਦੋਸਤ ਵੀਰ ਵੇਖ ਲੈਣ, ਰੇਟ ਕਰਾਂਗੇ ਐਂਡ 'ਤੇ, ਰੇਟ ਵੀ ਦੋਸਤਾਂ ਨੂੰ ਸੁਣਾਵਾਂਗੇ ਅੱਲਾਹ ਦੇ ਫਜ਼ਲ ਦੇ ਨਾਲ। ਜਨਾਬ ਰੇਟ ਵੀ ਮਕੂਲ ਔਰ ਮੁਨਾਸਬ ਹੋਏਗਾ, ਮਾਲਕ ਨਾਲ ਬਹਿ ਕੇ ਜਨਾਬ ਰੇਟ ਤੈਅ ਕੀਤੇ ਨੇ ਕਿ ਜਨਾਬ ਮੁਨਾਸਬ ਰੇਟ ਦੱਸੋ, ਮੁਨਾਸਬ ਰੇਟ ਲਓ ਔਰ ਜਨਾਬ ਤੁਹਾਡੀ ਡੀਲ ਕਰਾਵਾਂਗੇ ਅੱਲਾਹ ਦੇ ਫਜ਼ਲ ਦੇ ਨਾਲ ਔਰ ਫੌਰੀ ਵੇਚਾਂਗੇ। ਲੰਬੀ ਟੋਰੋ ਇਹਨਾਂ ਨੂੰ, ਟੋਰੋ ਜੀ ਟੋਰੋ, ਲੰਬੀਆਂ ਤਾਦਾਦ ਜ਼ਿਆਦਾ ਹੈ, ਇੱਕ ਇੱਕ ਕਰਕੇ ਨਹੀਂ ਦਿਖਾ ਸਕਦੇ। ਇਹ ਲਾਟ ਮਿਲੇਗੀ ਜਨਾਬ ਪੂਰੀ, ਘੱਟ ਤੋਂ ਘੱਟ ਇੱਕ ਬੰਦਾ, ਇੱਕ ਪਰਚੇਜ਼ਰ ਜਨਾਬ 10 ਵਿਹੜੀਆਂ ਲੈ ਸਕਦਾ, 10 ਤੋਂ ਜਨਾਬ ਘੱਟ ਨਹੀਂ ਮਿਲਣਗੇ ਕੋਈ ਵੀ ਜਨਾਬ ਇਫਰਾਂ। ਔਰ ਇੱਕ ਪੂਰ ਮਿਲੇਗਾ 10 ਇਫਰਾਂ ਦਾ, ਇਸ ਤੋਂ ਘੱਟ ਨਹੀਂ ਮਿਲੇਗਾ ਜਨਾਬ। ਲੋਕੇਸ਼ਨ ਦੋਸਤਾਂ ਨੂੰ ਦੱਸੀ ਹੋਈ ਹੈ, ਜ਼ਿਲ੍ਹਾ ਵਿਹੜੀ, ਜ਼ਿਲ੍ਹਾ ਵਿਹੜੀ ਦੇ ਨਾਲ ਖੜੀਆਂ ਨੇ ਜਨਾਬ 2 ਕਿਲੋਮੀਟਰ 'ਤੇ।
ਇੱਕ ਨਹੀਂ ਮਿਲ ਸਕਦੀ, 10 ਮਿਲਣਗੀਆਂ ਔਰ 30 ਇਫਰਾਂ ਨੇ ਜਨਾਬ, 30 ਇਫਰਾਂ, 3 ਪੂਰ, 3 ਜਨਾਬ ਗਰੁੱਪਾਂ ਦੇ ਵਿੱਚ ਜਾਣਗੀਆਂ। ਦੋਸਤ ਵੀਰ ਮੇਰੇ ਨਾਲ ਆ ਕੇ, ਮੇਰੇ ਸਾਥ ਆ ਕੇ, ਮੇਰੇ ਮਹਿਮਾਨ ਬਣ ਕੇ ਜਨਾਬ ਇਹ ਇਫਰਾਂ ਪਸੰਦ ਕਰਕੇ 10-10 ਜਨਾਬ ਇਹ ਲਿਜਾ ਸਕਦੇ ਨੇ। ਫਿਰ ਟੋਰੋ ਜੀ ਬੜੀਆਂ ਜਨਾਬ ਸਿਹਤਮੰਦ ਔਰ ਮਾਸ਼ਾਅੱਲਾ ਖੁਸ਼ਹਾਲ ਇਫਰਾਂ, ਮਾਸ਼ਾਅੱਲਾ ਠੀਕ 2-3 ਮਹੀਨੇ, 4-4 ਮਹੀਨੇ ਬਾਅਦ ਜਨਾਬ ਇਹ ਇਫਰਾਂ ਪ੍ਰੈਗਨੈਂਟ ਹੋ ਜਾਣਗੀਆਂ। 3-3-4-4 ਮਹੀਨੇ ਬਾਅਦ ਜਨਾਬ ਇਹ ਇਫਰਾਂ ਪ੍ਰੈਗਨੈਂਟ ਹੋਣਗੀਆਂ ਅੱਲਾਹ ਦੇ ਫਜ਼ਲ ਦੇ ਨਾਲ। ਜਿਹੜਾ ਦੋਸਤ ਵੀਰ ਲੈ ਜਾਏਗਾ ਅੱਲਾਹ ਦੇ ਹੁਕਮ ਦੇ ਨਾਲ, ਉਹ ਇਹ ਡੇਅਰੀ ਦੀ ਦੁਨੀਆ ਦਾ ਕਾਮਯਾਬ ਆਦਮੀ ਹੋਏਗਾ ਅੱਲਾਹ ਦੇ ਫਜ਼ਲ ਦੇ ਨਾਲ। ਔਰ ਦਹਾਣਾ ਮੇਰਾ ਕੰਮ ਹੈ ਹਰ ਲਿਹਾਜ਼ ਨਾਲ, ਬਾਕੀ ਲੈਣ ਦੇਣੇ ਨਸੀਬ ਜਨਾਬ। ਯਾਰ ਇਹ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ, ਕਿਸ ਤਰ੍ਹਾਂ ਦਿਖਾਈਏ ਅੱਛੇ ਤਰੀਕੇ ਨਾਲ? ਹਾਂ ਕਿਸ ਤਰ੍ਹਾਂ ਦਿਖਾਈਏ, ਖੁੱਲੀਆਂ ਤਾਂ ਰਹਿੰਦੀਆਂ ਨੇ, ਹੁਣ ਕਿਸ ਤਰ੍ਹਾਂ ਦਿਖਾਈਏ? ਮਤਲਬ ਜਿਸ ਤਰ੍ਹਾਂ ਇਹ ਖੜੀਏ, ਇਹ ਅੱਛੇ ਤਰੀਕੇ ਨਾਲ ਸਾਹਮਣੇ ਕੈਮਰੇ ਦੇ ਵਿੱਚ ਆ ਰਹੀ, ਠੀਕ ਹੈ? ਇਸ ਤਰ੍ਹਾਂ ਕੋਈ ਐਸਾ ਤਰੀਕਾ ਦੱਸ ਯਾਰ ਨਾ ਕਿ ਜਿਹੜੇ ਸਾਹਮਣੇ ਆਵਣ, ਠੀਕ ਹੈ? ਹਾਂ ਫਿਰ ਲਾਈਨ 'ਚ ਹੋ ਜਾਣੀ ਅਸੀਂ, ਜਾਂ ਤਾਂ ਪੱਠੇ ਕਦੋਂ ਪਾਉਣੇ ਨੇ? 2 ਘੰਟੇ ਨਹੀਂ, 2 ਘੰਟੇ ਆਪਾਂ ਰੁਕ ਨਹੀਂ ਸਕਦੇ। ਚਲੋ ਇਹਨਾਂ ਥੋੜ੍ਹਾ ਖਿਲਾਰੋ ਨਾ, ਇਹਨਾਂ ਥੋੜ੍ਹਾ ਜਿਹਾ ਖਿਲਾਰੋ, ਦੋਸਤਾਂ ਦੀ ਅੱਖ ਦੇ ਵਿੱਚ, ਕੈਮਰੇ ਦੀ ਅੱਖ ਦੇ ਵਿੱਚ ਇੱਕ ਇੱਕ ਵਿਹੜੀ ਆ ਜਾਵੇ। ਹੈ ਮੈਂ ਦੱਸਿਆ ਕਿ 10-10 ਵਿਹੜੀਆਂ ਮਿਲਣਗੀਆਂ, 30 ਵਿਹੜੀਆਂ ਨੇ, 3 ਗਰੁੱਪ ਨੇ ਇਹਨਾਂ ਦੇ, 10-10 ਵਿਹੜੀਆਂ ਮਿਲਣਗੀਆਂ, ਟੋਟਲ 30 ਵਿਹੜੀਆਂ ਨੇ। ਤੇ ਮੈਂ ਦੱਸਿਆ 9-10 ਮਹੀਨੇ ਉਮਰ ਇਹਨਾਂ ਦੀ, ਤੇ 3-4 ਮਹੀਨੇ ਬਾਅਦ ਇਹਨਾਂ ਪ੍ਰੈਗਨੈਂਟ ਹੋ ਜਾਣਾ। ਦੱਸਿਆ ਦੋਸਤਾਂ ਨੂੰ 3-4 ਮਹੀਨੇ ਬਾਅਦ ਇਹਨਾਂ ਨੇ ਪ੍ਰੈਗਨੈਂਟ ਹੋਣਾ। ਉਸ ਤੋਂ ਬਾਅਦ ਜਨਾਬ 3-4 ਮਹੀਨੇ ਬਾਅਦ ਜਨਾਬ ਇਹਨਾਂ ਨੂੰ ਅੱਛਾ ਸੇਮਨ ਰਖਵਾਇਆ ਜਾ ਸਕਦਾ, ਜਾਂ ਬੁੱਲ ਤੋਂ ਕਰਵਾਇਆ ਜਾ ਸਕਦਾ। ਹਾਂ ਬਸ ਇਸ ਤਰ੍ਹਾਂ ਨਾ, ਹੁਣ ਦੇਖ ਰਹੇ ਨੇ ਦੋਸਤ ਵੀਰ, ਮਕਸਦ ਇਹ ਵਿਹੜੀਆਂ ਸਾਰੀਆਂ ਕੈਮਰੇ ਦੀ ਨਜ਼ਰ 'ਚੋਂ ਲੰਘ ਜਾਣ, ਦੋਸਤ ਵੀਰ ਵੇਖ ਲੈਣ, ਠੀਕ ਹੈ? ਬਾਕੀ ਮੈਂ ਇਹ ਦੱਸ ਦਿੱਤਾ ਮੇਰਾ ਵੀਰ ਕਿ 10 ਵਿਹੜੀ ਮਿਲੇਗੀ ਘੱਟ ਤੋਂ ਘੱਟ, 10 ਵਿਹੜੀਆਂ, 3 ਮਤਲਬ ਕਿ ਗਰੁੱਪ ਬਣਨਗੇ। ਹਾਂਜੀ, ਤੇ ਜਿਹੜਾ ਬੰਦਾ ਪਸੰਦ ਕਰੇ ਆ ਕੇ ਮੌਕੇ 'ਤੇ ਚੈੱਕ ਕਰ ਲਵੇ। ਹਾਂਜੀ, 10 ਵਿਹੜੀਆਂ ਮਿਲਣਗੀਆਂ, 10 ਤੋਂ ਘੱਟ ਨਹੀਂ ਮਿਲੇਗੀ, ਨਹੀਂ ਮਿਲੇਗੀ, ਠੀਕ ਹੋ ਗਿਆ? ਮੈਂ ਇਹੀ ਦੱਸਿਆ ਜਨਾਬ, ਇੱਕ ਦਫ਼ਾ ਹੋਰ ਟੋਰੋ ਇਹਨੂੰ ਅਤੇ ਵੀਡੀਓ ਕਲੋਜ਼ ਕਰੀਏ ਜਨਾਬ, ਅਤੇ ਰੇਟ ਵੀ ਦੱਸੀਏ, ਰੇਟ ਵੀ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਾਂਗੇ ਜਨਾਬ। ਇਹ ਨਹੀਂ ਕਿ ਜਨਾਬ ਰੇਟ ਸ਼ੇਅਰ ਨਹੀਂ ਕਰਾਂਗੇ, ਰੇਟ ਵੀ ਸ਼ੇਅਰ ਕਰਾਂਗੇ ਦੋਸਤਾਂ ਵੀਰਾਂ ਨਾਲ। ਹਾਂ ਹੁਣ ਠੀਕ ਨਜ਼ਰ ਆ ਰਹੀਆਂ ਨੇ, ਰੇਟ ਵੀ ਸ਼ੇਅਰ ਕਰਾਂਗੇ ਦੋਸਤਾਂ ਨਾਲ, ਲੇਕਿਨ ਰੇਟ ਐਂਡ 'ਤੇ ਦੱਸਾਂਗੇ ਦੋਸਤਾਂ ਵੀਰਾਂ ਨੂੰ, ਵੀਡੀਓ ਪਹਿਲੇ ਦਿਖਾਵਾਂਗੇ। ਫਿਰ ਉੱਧਰ ਜਾਓ ਅੰਦਰੋਂ ਦੀ, ਵਾਪਸ ਲਿਆਓ, ਇੱਧਰ ਟੋਰੋ, ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਨਾ। ਹਾਂ ਠੀਕ ਆ ਰਹੀਆਂ ਨੇ ਕੈਮਰੇ ਦੇ ਵਿੱਚ, ਹੁਣ ਠੀਕ ਆ ਰਹੀਆਂ ਨੇ, ਜ਼ਬਰਦਸਤ ਮਾਸ਼ਾਅੱਲਾ, ਬਹੁਤ ਆਲਾ ਨਸਲਾਂ ਜਨਾਬ ਫਰੀਜ਼ਨ ਦੇ ਵਿੱਚ ਨੇ ਜਨਾਬ, ਇਹ ਫਰੀਜ਼ਨ ਕ੍ਰਾਸ ਦੀਆਂ ਨਸਲਾਂ ਨੇ ਮਾਸ਼ਾਅੱਲਾ, ਪਿਓਰ ਦੇ ਵਿੱਚ ਜਨਾਬ, ਡੇਰੀ ਦੀ ਦੁਨੀਆ ਦੀ ਜਾਨ ਨੇ ਅੱਲਾਹ ਦੇ ਫਜ਼ਲ ਦੇ ਨਾਲ, ਇਹ ਡੇਰੀ ਦੀ ਦੁਨੀਆ ਦੀ ਜਾਨ ਅੱਲਾਹ ਦੇ ਫਜ਼ਲ ਦੇ ਨਾਲ, ਜਿਹੜਾ ਦੋਸਤ ਵੀਰ ਲੈ ਜਾਏਗਾ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਉਹ ਕਾਮਯਾਬ ਬਿਜ਼ਨਸਮੈਨ ਹੋਏਗਾ। ਅੱਜ ਕੱਲ੍ਹ ਜਨਾਬ ਇਸ ਮੌਜੂਦਾ ਦੌਰ ਦੇ ਵਿੱਚ
ਡੇਅਰੀ ਦਾ ਕੰਮ ਜਨਾਬ ਦੁਨੀਆ ਦਾ ਟਾਪ ਕਲਾਸ 1 ਨੰਬਰ ਤੇ ਜਾਣ ਵਾਲਾ ਬਿਜ਼ਨਸ ਹੈ ਜਨਾਬ, ਜਿਹੜਾ ਕਿ ਇਹ ਤੁਹਾਡਾ ਵੀਰ ਮੁਹੰਮਦ ਅਫਜ਼ਲ ਲੈ ਕੇ ਹਾਜ਼ਰ ਹੋਇਆ ਤੁਹਾਡੇ ਵਾਸਤੇ, ਦੋਸਤਾਂ ਵਾਸਤੇ। ਦੋਸਤ ਬਹੁਤ ਸਾਰੇ, ਢੇਰ ਸਾਰੇ ਦੋਸਤ ਕਹਿੰਦੇ ਸੀ ਯਾਰ ਇਫਰਾਂ ਚਾਹੀਦੀਆਂ ਨੇ, ਇਫਰਾਂ ਚਾਹੀਦੀਆਂ ਨੇ, ਇਹ ਉਹਨਾਂ ਵਾਸਤੇ ਇਫਰਾਂ ਲੈ ਕੇ ਆਇਆ। ਅਤੇ ਬਾਕੀ ਮਾਜ਼ਰਤ ਕਰਨਾ, ਇੱਕ ਇੱਕ ਦਿਖਾ ਨਹੀਂ ਸਕਦਾ ਕਿਉਂਕਿ ਇਹ ਇੱਕ ਇੱਕ ਸਾਹਮਣੇ ਆ ਨਹੀਂ ਸਕਦੀ, ਕੈਮਰੇ ਦੇ ਸਾਹਮਣੇ ਇਸ ਤਰ੍ਹਾਂ ਹੀ ਆਏਗੀ। ਇੱਕ ਦੋਸਤ ਵੀਰ ਮੰਗੇਗਾ ਲਵੇਗਾ ਅਤੇ ਉਹ ਜਨਾਬ ਫਾਰਮ 'ਤੇ ਉਹਨੂੰ ਲੈ ਕੇ ਆਵਾਂਗੇ ਦੋਸਤ ਵੀਰ ਨੂੰ, ਔਰ ਫਾਰਮ 'ਤੇ ਵਿਜ਼ਿਟ ਕਰਵਾਵਾਂਗੇ। ਜਿਹੜੀ ਪਸੰਦ ਕਰੇਗਾ ਉਹ ਵਹਿੜਾਂ 10-10 ਕਰਕੇ ਲਿਜਾ ਸਕਦਾ, 30 ਦੀਆਂ 30 ਇਕੱਠੀਆਂ ਵੀ ਲਿਜਾ ਸਕਦਾ। ਡਰੈਸ ਦੱਸ ਦਿੱਤਾ ਦੋਸਤਾਂ ਵੀਰਾਂ ਨੂੰ, ਬਾਕੀ ਰੇਟ ਮੈਂ ਹੁਣ ਦੱਸਦਾ ਜਾਵਾਂ। ਰੇਟ ਹੈ ਜਨਾਬ ਫੀ ਪੁੱਠਾ 1,10,000 ਰੁਪਈਆ, ਫੀ ਪੁੱਠਾ ਰੇਟ ਹੈ ਜਨਾਬ 1,10,000 ਰੁਪਈਆ ਜਨਾਬ। ਕੋਈ ਮੰਡੀ ਦਾ ਮਾਲ ਨਹੀਂ, ਕੋਈ ਕੁਛ ਨਹੀਂ ਜਨਾਬ, ਇਹ ਸਿਰਫ ਜਨਾਬ ਤੁਹਾਡੇ ਵੀਰ ਮੁਹੰਮਦ ਅਫਜ਼ਲ ਦੇ ਤਾਲਕ ਔਰ ਜਨਾਬ ਯਾਰਾਨੇ ਦੀ ਵਜ੍ਹਾ ਤੋਂ ਇਹ ਫਾਰਮ ਵਾਲੇ ਮਾਲਕ ਨੇ ਮਿਹਰਬਾਨੀ ਖਸੂਸੀ ਕੀਤੀ ਹੈ। ਉਹਨੇ ਕਿਹਾ ਜਨਾਬ ਸਿਰਫ ਵੇਚੀਆਂ ਅਤੇ ਤੇਰੇ ਥਰੂ ਉਹ ਵੇਚਾਂਗੇ ਅੱਲਾਹ ਦੇ ਫਜ਼ਲ ਦੇ ਨਾਲ, ਔਰ ਕਿਸੇ ਦੇ ਥਰੂ ਉਹ ਨਹੀਂ ਜਨਾਬ, ਇਹ ਜਨਾਬ ਉਹਦੀ ਮਿਹਰਬਾਨੀ ਹੈ, ਮਾਲਕ ਦੀ ਬਹੁਤ ਮਿਹਰਬਾਨੀ ਹੈ ਕਿ ਜਨਾਬ ਉਹਨੇ ਮੈਨੂੰ ਖਿਦਮਤ ਦਾ ਮੌਕਾ ਦਿੱਤਾ ਅੱਲਾਹ ਦੇ ਫਜ਼ਲ ਦੇ ਨਾਲ। ਔਰ ਰੇਟ ਦੋਸਤਾਂ ਵੀਰਾਂ ਨੇ ਸੁਣ ਲਿਆ, ਬਹੁਤ ਹੀ ਮੁਨਾਸਬ 1,10,000 ਰੁਪਈਆ ਫੀ ਪੁੱਠਾ ਰੇਟ ਹੈ ਜਨਾਬ। 10 ਲੈ ਜਾਵੇ, ਕੋਈ 30 ਲੈ ਜਾਵੇ, ਫੀ ਪੁੱਠਾ 1,10,000 ਰੁਪਈਆ। ਮੇਰੀ ਅੱਜ ਵਾਲੀ ਵੀਡੀਓ ਦੋਸਤਾਂ ਵੀਰਾਂ ਨੂੰ ਪਸੰਦ ਆਵੇ, ਲਾਈਕ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜਨਾਬ। ਮੇਰਾ ਵਟਸਐਪ ਨੰਬਰ ਹੈ 0301-486-5352। ਫਿਰ ਮਿਲਾਂਗੇ ਇੱਕ ਅੱਛੀ ਔਰ ਨਯਾਬ ਵੀਡੀਓ ਦੇ ਨਾਲ। ਇਸ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਮੁਹੰਮਦ ਅਫਜ਼ਲ ਨੂੰ ਦਿਓ ਇਜਾਜ਼ਤ। ਪਾਕਿਸਤਾਨ ਜ਼ਿੰਦਾਬਾਦ।